ਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਸੁਬਾਹ ਸੁਬਾਹ ਦਾ ਟਾਈਮ ਆ, ਮੂੰਹ ਹੱਥ ਵੀ ਨਹੀਂ ਧੋਤਾ। ਫੋਨ ਆਇਆ ਸੀ, ਸੀਮਿੰਟ ਵਾਲਾ ਸੀਮਿੰਟ ਲੈ ਕੇ ਆ ਰਿਹਾ। ਉਹਦੇ ਆਉਣ ਤੋਂ ਪਹਿਲੇ ਪਾਣੀ ਵਾਲਾ ਆ ਗਿਆ, ਪਾਣੀ ਭਰਾ ਲਈਏ। ਇਸ ਤੋਂ ਬਾਅਦ ਸੀਮਿੰਟ ਵਾਲਾ ਆਉਣ ਦਿਆ ਵਾ, ਉਹਦੇ ਕੋਲ ਸੀਮਿੰਟ ਲਵਾਉਣਾ, ਕੱਲ੍ਹ ਘੱਟ ਗਿਆ ਸੀਗਾ। ਪਾਣੀ ਭਰਾ ਲਿਆ ਵਾ, ਮੂੰਹ ਹੱਥ ਧੋ ਲਿਆ ਵਾ। 8 ਵਜੇ ਦਾ ਟਾਈਮ ਆ ਆਪਣਾ, ਸੀਮਿੰਟ ਵਾਲਾ ਹਾਲੇ ਨਹੀਂ ਆਇਆ। ਉਸਤਾਦ ਹੋਣੀ ਵੀ ਤਕਰੀਬਨ 8:30 ਵਜੇ ਦੇ ਲਾਗੇ ਲਾ ਕੇ ਆਉਂਦੇ ਆ। ਮੇਰਾ ਦਿਲ ਆ ਉਦੋਂ ਤੱਕ ਸਮਾਨ ਸਮੂਨ ਚੁੱਕ ਕੇ ਲਾ ਜਾਂ, ਪੈਪ ਜਾ ਕੇ ਲਾਉਂਦਾ, ਪਿੱਛੇ ਇੱਟਾਂ ਨੂੰ ਪਾਣੀ ਛਾਣੀ ਲਾਉਂਦਾ ਵਾ। ਅੱਜ ਆਖਰੀ ਦਿਹਾੜੀ ਉਹਨਾਂ ਕੋਲ ਲਵਾਉਣੀ, ਕੰਧ ਕਰਾਉਣੀ ਸਾਈਡ ਵਾਲੀ। ਲੋ ਉਸਤਾਦ ਹੋਣੀ ਸੀਮਿੰਟ ਲੈ ਕੇ ਵੀ ਪਹੁੰਚ ਹੀ ਆਏ, ਹਜੇ ਨਾ ਲੈ ਹੀ ਰਿਹਾ ਸੀ। ਹਲੇ ਮੈਂ ਦੱਸਣ ਹੀ ਰਿਹਾ ਕਿ ਪਾਣੀ ਭਰਾਇਆ ਵਾ ਅਤੇ ਸੀਮਿੰਟ ਦਾ ਇੰਤਜ਼ਾਰ ਕਰ ਰਿਹਾ ਆ ਰਿਹਾ। 2 ਬੋਰੀਆਂ ਕਹੀਆਂ ਸੀ ਆ ਗਈਆਂ। ਉਸਤਾਦ ਦੀ ਜ਼ਿੰਦਗੀ ਚੰਗੀ ਲੰਬੀ ਆ, ਹਜੇ ਨਾ ਲਿਆ ਸੀਗਾ ਅਤੇ ਉਸਤਾਦ ਸੀਮਿੰਟ ਲੈ ਕੇ ਪਹੁੰਚ ਆਇਆ। ਪੈਪ ਸੁੱਟ ਆਇਆ, ਪੈਪ ਵਾਲੀ ਜਗ੍ਹਾ 'ਤੇ ਰੇੜੀ ਲਿਆ ਖੜੀ ਕਰਤੀ ਹੈ। ਸੀਮਿੰਟ ਵੀ ਪਹੁੰਚ ਆਇਆ, ਪੈਪ ਉਹ ਉੱਥੇ ਸੁੱਟਿਆ ਵਾ, ਉੱਥੋਂ ਹੁਣ ਕੰਧ ਨਾ ਆਪਣਾ ਉੱਥੋਂ ਲਾ ਕੇ ਅਤੇ ਖਿੱਚ ਕੇ ਮੁੜ ਕੇ ਇੱਧਰ ਨੂੰ ਲਿਆ ਆਉਣਾ। ਇਹ ਉਸਤਾਦ ਹੋਣੀ ਆਏ ਆ, ਕਹਿੰਦੇ ਤੁਸੀਂ ਸਾਰਾ ਸਮਾਨ ਕੱਢ ਕੇ ਬਾਹਰ ਬੈਠੇ ਹੋ ਅਤੇ ਅੱਜ ਤਾਂ ਅਸੀਂ ਆਉਣਾ ਹੀ ਨਹੀਂ, ਛੁੱਟੀ ਕਰਨੀ ਆ। ਸੀਮਿੰਟ ਦੀਆਂ ਬੋਰੀਆਂ ਵੀ ਮੰਗਾ ਕੇ ਉੱਥੇ ਰੱਖੀਆਂ, ਪਾਣੀ ਦਾ ਪੈਪ ਲਾ ਕੇ ਨਿਕਲੇ ਆਈਆਂ ਬਾਹਰ। ਅੱਜ ਕੀ ਗੱਲ ਬਣੀ? ਅੱਜ ਸਾਜੀ ਉੱਧਰ ਦਿਹਾੜੀ ਲਾਉਣੀ ਆ, ਅੱਜ ਉੱਧਰ ਟੋਚ ਮਰਮਤਾਂ ਲਾਵਾਂਗੇ, ਉੱਧਰ ਦਾ ਕੰਮ ਮੁਕਾਵਾਂਗੇ, ਫਿਰ ਨਵਾਂ ਕੰਮ ਸ਼ੁਰੂ ਕਰਨਾ, ਉੱਧਰ ਦਾ ਕੰਮ ਖਤਮ ਹੋਏਗਾ ਅਤੇ ਫਿਰ ਆਖਰੀ ਦਿਹਾੜੀ ਸੀ ਮੇਰੀ ਇੱਥੇ, ਆਖਰੀ ਦਿਨ ਲੱਗਣਾ ਸੀਗਾ। ਆਖਰੀ ਦਿਨ ਤਾਂ ਲੱਗਣਾ ਸੀ ਅਤੇ ਪਰ ਹੁਣ ਮਜਬੂਰੀ ਹੈ ਸਾਡੀ ਵੀ, ਫਿਰ ਹੁਣ ਕੀ ਕਰਨਾ। ਠੇਕੇਦਾਰ ਦੇ ਨੂੰ ਕਹਾਂ ਹੁਣ, ਫਰਕ ਨਹੀਂ ਭੇਜੇਗਾ ਬੰਦਾ ਹੋਰ ਕਿ ਸ਼ਾਇਦ ਪੁੱਛਦਾ ਠੇਕੇਦਾਰ ਤਾਂ ਫਿਰ ਕੋਈ ਨਹੀਂ ਚੁੱਕਦਾ ਫੋਨ ਬੰਦੇ ਦਾ, ਮਤਲਬ ਅੱਜ ਫਿਰ ਨਹੀਂ ਆਉਣੇ। ਮੈਂ ਤਾਂ ਸੁਬਾਹ ਉੱਠ ਗਿਆ ਟਾਈਮ ਨਾਲ ਹੀ, 7 ਵਜੇ ਉੱਠ ਕੇ ਸਾਰਾ ਸਮਾਨ ਸਮੂਨ ਸਿੱਧਾ ਕੀਤਾ ਵਾ, ਪੈਪ ਲਾ ਕੇ ਆਇਆ, ਤੁਹਾਨੂੰ ਪਤਾ ਹੀ ਆ, ਸੀਮਿੰਟ ਆਇਆ ਸੀ ਇਹ ਲਵਾਇਆ। ਹੁਣ ਉਸਤਾਦ ਨੂੰ ਕਹਿੰਦਾ ਹੁਣ ਤੂੰ ਅੰਦਰ ਰੱਖ ਕੇ ਜਾ, ਮੇਰੇ ਕੋਲ ਤਾਂ ਚੁੱਕਿਆ ਨਹੀਂ ਜਾਣਾ, ਭਾਰਾ ਹੁੰਦਾ ਚੰਗਾ ਭਲਾ। 2 ਬੋਰੀਆਂ ਲੱਗਦੀਆਂ ਸੀ ਰੋਜ਼ ਹੀ। ਉਸਤਾਦ ਹੁਣੇ ਅੱਜ ਆਖਰੀ ਦਿਹਾੜੀ ਸੀ, ਮੈਂ ਅੱਧੀ ਬੋਰੀ ਵਧੀ ਪਈ ਸੀਗੀ, ਮੈਂ ਮੰਗਾਈਆਂ 2 ਹੋਰ। ਮੈਂ ਕਿਹਾ ਚਲੋ 2.5 ਹੋ ਜਾਣਗੀਆਂ। ਉਸਤਾਦ ਉਹਨਾਂ ਨੂੰ ਕਹਾਂਗਾ ਵੀ ਅੱਜ ਆਖਰੀ ਦਿਹਾੜੀ ਹੈ, ਤੁਹਾਡੀ ਮਿਹਰਬਾਨੀ, ਅੱਜ ਤੁੰਨ ਕੇ ਲਾ ਦਿਓ। ਉਹ ਦੀਵਾਰ ਪਰਲੀ ਤੁਹਾਨੂੰ ਪਤਾ ਇੱਕ ਰਹਿਣ, ਨਹੀਂ ਨਹੀਂ ਤੁਹਾਡਾ ਹੀ ਹੈ, ਮੇਰਾ ਨਹੀਂ ਗਾ। ਠੀਕ ਆ, ਉਹ ਦੀਵਾਰ ਪਰਲੀ ਹੋਣ ਵਾਲੀ ਸੀਗੀ ਇੱਕ ਆਖਰੀ, ਉਹ ਮੈਂ ਉਹਨਾਂ ਨੂੰ ਕਿਹਾ ਸੀ ਗੋਹਾਂ ਛੋਹਾਂ ਲੈ ਆਇਓ ਅਤੇ ਅੱਜ ਦੀ ਦਿਹਾੜੀ 'ਚ ਦੀਵਾਰ ਕਰ ਦਿਓ। ਉਸਤਾਦ ਹੁਣੀ ਹੁਣ ਛੁੱਟੀ ਕਰ ਗਏ ਆ, ਦੀਵਾਰ ਪੈ ਗਈ ਫਿਰ ਅੱਗੇ, ਕੱਲ੍ਹ ਜੁਮਾ ਵਾ, ਅੱਜ ਇੱਦਾਂ ਛੁੱਟੀ ਹੋ ਗਈ, ਕੱਲ੍ਹ ਜੁਮੇ 'ਤੇ ਛੁੱਟੀ ਹੋ ਜਾਣੀ ਆ, ਮੁੜ ਕੇ ਪਰਸੋਂ ਫਿਰ ਅੱਲਾ ਹੀ ਜਾਣਦਾ ਆਉਂਦੇ ਆ ਕਿ ਨਹੀਂ ਆਉਂਦੇ। ਬੋਰੀਆਂ ਰਹਾਤੀਆਂ, ਉਸਤਾਦ ਭਾਰ ਹੋ ਗਏ ਜ਼ਿਆਦਾ, ਉਸਤਾਦ ਕੋਲ ਰੇੜਦੀ ਨਹੀਂ ਆ ਹੁਣ। ਉਸਤਾਦ ਜੀ ਨੂੰ ਉੱਥੇ ਹੀ ਪਿੱਛੇ ਹੀ ਵਾੜ ਦਿਓ ਅਤੇ ਮੈਂ ਤੁਹਾਡੇ ਮੋਟਰਸਾਈਕਲ ਲੈ ਕੇ ਆਇਆ, ਪੈਪ ਉੱਥੇ ਹੀ ਲੱਗਾ ਵਾ, ਫਿਰ ਪਾਣੀ ਛਾਣੀ ਅੱਜ ਲਾ ਹੀ ਦਿੰਦਾ ਪਾਣੀ, ਉਹ ਪਾਣੀ ਲਾ ਦਿੰਦੇ ਹਾਂ। ਕੱਲ੍ਹ ਦਾ ਡੈਂਪ ਵੀ ਪਿਆ ਵਾ, ਮੁੜ ਕੇ ਇੱਟਾਂ ਵੀ ਤਾਰ ਕਰਨੀਆਂ, ਇੱਟਾਂ 'ਚ ਰਹਿਣ ਲਾਂਗੇ, ਡੈਂਪ ਨੂੰ ਲਾ ਦਿੰਦੇ ਹਾਂ, ਜਾਂ ਫਿਰ ਹਜੇ ਮੈਂ ਇਹਨੂੰ ਪੁੱਛ ਲੈਂਦਾ, ਥੋੜ੍ਹੀ ਦੇਰ ਆਰਾਮ ਕਰਦੇ ਹਾਂ, ਸੋਂਦੇ ਹਾਂ, ਉੱਠ ਕੇ ਫਿਰ ਪਾਣੀ ਲਾ ਦਾਂਗੇ। ਸੋਹਣਾ ਹਾਈ ਸਾਹਿਬ ਵੀਡੀਓ ਬਣਾਉਂਦੇ ਆ, ਹਾਈ ਸਾਹਿਬ ਇਹਨੂੰ ਕਹਿੰਦੇ ਤੈਨੂੰ ਰਾਤੀ ਕਿਹਾ ਸੀ ਇਹਨਾਂ ਨੂੰ ਪੈਸੇ, ਕੱਲ੍ਹ 2-3 ਵਾਰ ਮੈਨੂੰ ਹਾਈ ਸਾਹਿਬ ਨੇ ਕਿਹਾ ਸਾਰੇ ਪੈਸੇ ਨਾ ਦੇ, ਬੰਦਿਆਂ ਨੇ ਨਹੀਂ ਆਉਣਾ। ਹਾਈ ਸਾਹਿਬ ਹੁਣ ਬੋਲਦੇ ਵੀ ਤੈਨੂੰ ਕਿਹਾ ਸੀਗਾ ਕਿ ਸਾਰੇ ਪੈਸੇ ਨਾ ਦੇਈ, ਇਹਨਾਂ ਨੇ ਨਹੀਂ ਆਉਣਾ। ਚਲੋ ਉਸਤਾਦ ਜੀ ਹੁਣ ਕਿੱਦਣ ਆਓਗੇ? ਕੱਲ ਤਾਂ ਜੁਮਾ ਨਹੀਂ, ਕੱਲ ਮੈਂ ਆਵਾਂਗਾ ਨਾ, ਮੈਂ ਸੁੱਟ ਜਾਵਾਂਗਾ, ਸਾਰੀ ਉਮਰ ਜਾਵਾਂਗੇ, ਮੈਂ ਦਿਹਾੜੀਦਾਰ ਬੰਦਾ। ਕੱਲ ਜੁਮਾ, ਕੱਲ ਨੂੰ ਕਹਿੰਦੇ ਇੱਟ ਸੁੱਟ ਜਾਵਾਂਗੇ, ਮੈਂ ਤੁਹਾਨੂੰ ਪਤਾ ਦਿਹਾੜੀਦਾਰ ਬੰਦਾ, ਮੈਂ ਪਾਣੀ ਨਾ ਆਇਆ, ਪਾਣੀ ਲਾਈ ਨਾ, ਅੱਜ ਪੈਪ ਲਾਤਾ, ਮੈਂ ਪਾਣੀ ਲਾਉਂਦਾ ਹੁਣੇ, ਕਰਦੇ ਕੱਲ ਨੂੰ ਬਸ ਅੰਦਰ ਹੀ ਸੁੱਟ ਦਾਂਗਾ ਮੈਂ ਆ ਕੇ ਸ਼ੂਟਰ ਦੀ ਸਾਰੀ। ਚਲੋ।
ਫੱਟੇ ਪਏ ਆ ਭਾਈ ਸਾਹਿਬ ਆਪਣੇ ਕੋਈ ਕਿਲੋ ਕੱਲ ਫੱਟੇ ਵੀ ਲੱਭ ਦਿਆਂਗੇ, ਬਾਂਸ ਵੀ ਲੱਭ ਦਿਆਂਗੇ, ਰਸਤੇ ਵੀ ਲੱਭ ਦਿਆਂਗੇ, ਚਰਨ ਕੰਮ ਕਰਨੇ ਵਾਲੇ ਕਰਨ ਵਾਲੇ ਬਣਾ ਸਾਰਾ ਕੁਛ ਲੱਭ ਜਾਣਾ ਚਾਹੀਦੇ ਇੱਟਾਂ ਦੱਸਾਂ ਉਹ ਤੇ ਉਹਨੇ ਕਿਤੇ ਪਏ ਨੇ ਇੱਥੇ ਹੀ ਉਹ ਜਿਹਨਾਂ ਤੁਸੀਂ ਉਹ ਮਾੜੀ ਜਿਹੀ ਢਾਲ ਹੀ ਬਣਾਉਣੀ ਆ ਚੜ੍ਹ ਕੇ ਉੱਤੇ ਜਾ ਕੇ ਆ ਜੀ ਕੱਲ੍ਹ ਆ ਜੀ ਲਾਜ਼ਮੀ ਇੱਟ ਲਾਜ਼ਮੀ ਸੁੱਟ ਦੀ ਅੰਦਰ ਵਾਲਕੁਮ ਸਲਾਮ ਮੋਟਰਸਾਈਕਲ ਨਹੀਂ ਖੜਨਾ ਹੈਂ ਤੇ ਜੇ ਮੋਟਰਸਾਈਕਲ ਉੱਧਰ ਹੋਵੇ ਨਾ ਸਤਾਰ ਦੇ ਕੰਮ ਚੈੱਕ ਕਰ ਕਿੱਥੇ ਫਿਰਦੇ ਜੀ ਮੋਟਰਸਾਈਕਲ ਉੱਧਰੋਂ ਦੀ ਕਹਿੰਦਾ ਲੈ ਕੇ ਉੱਧਰ ਚੱਲ ਜੂ ਮੋਟਰਸਾਈਕਲ ਆਹ ਖਲੋਤਾ ਪੈਪ ਲੱਗਾ ਵਾ ਉੱਥੇ ਮੈਂ ਕਿਹਾ ਪਹਿਲੇ ਨਾਸ਼ਤਾ ਕਰ ਲੈਂਦਾ ਵਾ ਨਾਸ਼ਤਾ ਕਰਕੇ ਚੱਲਦਾ ਹੁਣ ਕਿਹੜਾ ਉਹਨਾਂ ਨੇ ਆਉਣਾ ਵਾ ਤਸੱਲੀ ਨਾਲ ਸਾਰੀ ਦਿਹਾੜੀ ਆਪਣੇ ਕੋਲ ਹੀ ਹੈ ਜਾ ਕੇ ਪਾਣੀ ਲਾਉਣਾ ਵਾ ਇੱਟਾਂ ਨੂੰ ਵੀ ਲਾਉਂਦਾ ਵਾ ਨਾਲ ਜਿਹੜਾ ਕੱਲ੍ਹ ਡੈਂਪ ਪਾਇਆ ਉਹਨੂੰ ਵੀ ਲਾਉਂਦਾ ਲਓ ਜੀ ਤਾਜ਼ਾ ਅਪਡੇਟ ਇਹ ਹੈਗੇ ਪੈਪ ਬੜਾ ਔਖਾ ਹੋ ਕੇ ਖਿੱਚ ਕੇ ਲੈ ਕੇ ਆਇਆ ਵਾ ਪਾਣੀ ਹੁਣ ਚਲਾ ਦਿੱਤਾ ਘਰਦਿਆਂ ਨੇ ਪਾਣੀ ਲਾਉਂਦੇ ਹਾਂ ਭਾਈ ਹੁਣ ਇਹ ਹੀ ਆ ਅੱਜ ਵੈਸੇ ਪਾਣੀ ਲਾਉਂਦੇ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਕੱਲ੍ਹ ਹੀ ਪਿਆ ਵਾ ਡੈਂਪ ਉੱਤੋਂ ਰੇਤ ਬਜਰੀ ਸੀਮਿੰਟ ਦਾ ਜਿੰਨਾ ਇਹਨੂੰ ਪਾਣੀ ਲੱਗੇਗਾ ਉਨਾ ਚੰਗਾ ਇਹਨੂੰ ਪਾਣੀ ਲਾਉਂਦੇ ਹਾਂ ਇੱਟਾਂ ਨੂੰ ਲਾ ਲੈਂਦੇ ਹਾਂ ਕੱਲ੍ਹ ਨੂੰ ਜੁਮਾਂ ਵਾ ਕੱਲ੍ਹ ਨੂੰ ਕਰਨੀ ਆ ਉਹਨਾਂ ਨੇ ਫਿਰ ਛੁੱਟੀ ਕੱਲ੍ਹ ਨੂੰ ਮਜ਼ਦੂਰ ਇੱਕ ਆਏਗਾ ਆ ਕੇ ਇੱਟਾਂ ਅੰਦਰ ਸੁੱਟ ਜਾਏਗਾ ਸਾਰੀਆਂ ਹੀ ਕਹਿੰਦਾ ਸੀ ਮੇਰਾ ਠੇਕਾ ਮੋਕਲੋ ਮੈਂ ਕਿਹਾ ਚੱਲ ਕੱਲ੍ਹ ਨੂੰ ਆ ਕੇ ਇੱਟਾਂ ਸੁੱਟ ਦੇ ਉਹ ਕੱਲ੍ਹ ਨੂੰ ਆਏਗਾ ਇੱਟਾਂ ਸੁੱਟੇਗਾ ਇੱਟਾਂ ਨੂੰ ਪਾਣੀ ਅੱਜ ਵੀ ਲਾਉਂਦਾ ਕੱਲ੍ਹ ਫਿਰ ਲਾਵਾਂਗਾ ਤਾਂ ਕਿ ਸਹੀ ਬਣ ਜਾਣਗੀਆਂ ਉੱਦਾਂ ਜਿਸ ਕੰਧ ਨੂੰ ਮੈਂ ਲਾਉਣ ਦਿਆਂ ਵਾ ਪਾਣੀ ਇਸੇ ਕੰਧ ਨੂੰ ਕਰਨਾ ਕੱਲ੍ਹ ਉਹਨਾਂ ਨੇ ਪੂਰਾ ਕੰਧਾਂ ਸਾਰੀਆਂ ਨੂੰ ਲਾ ਦਿੱਤਾ ਵਾ ਪਾਣੀ 10:50 ਹੋ ਗਏ ਆ 10:40 ਅਤੇ ਗੱਲ ਇੱਦਾਂ ਵਾ ਕਿ ਧੁੱਪ ਹੁਣ ਬਹੁਤ ਹੀ ਕੜਕਦੀ ਆ ਅਤੇ ਮੇਰੀ ਸਲਾਹ ਵਾ ਕਿ ਹੁਣ ਨਾ ਮੈਂ ਚੁੱਪ ਕਰਕੇ ਘਰ ਚੱਲ ਜਾਵਾਂ ਇਹਨੂੰ ਪੈਪ ਨੂੰ ਲਾ ਕੇ ਖਿੱਚਾਂ ਬਾਕੀ ਰਹਿ ਗਈਆਂ ਇੱਟਾਂ ਸ਼ਾਮ ਨੂੰ ਪੈਪ ਲਾਵਾਂਗਾ 6 ਵਜੇ ਫਿਰ ਇੱਕ ਵਾਰੀ ਫਿਰ ਕੰਧਾਂ ਨੂੰ ਪਾਣੀ ਲਾ ਦਾਂਗਾ ਨਾਲੇ ਇੱਟਾਂ ਨੂੰ ਲਾ ਦਾਂਗਾ ਮੁੜ ਕੇ ਕੱਲ੍ਹ ਨੂੰ ਛੁੱਟੀ ਆ ਉਹਨੇ ਕੱਲ੍ਹ ਨੂੰ ਇੱਟਾਂ ਹੀ ਸੁੱਟਣੀਆਂ ਅੰਦਰ ਕੱਲ੍ਹ ਇੱਟਾਂ ਸੁੱਟ ਕੇ ਫਿਰ ਇੱਟਾਂ ਨੂੰ ਪਾਣੀ ਲਾ ਦਾਂਗੇ ਚੰਗੀ ਤਰ੍ਹਾਂ ਤਾਰ ਹੋ ਜਾਣਗੀਆਂ 2 ਦਿਨ ਹੋ ਗਏ ਆ ਡਿੱਗਦਾ ਰੋਜ਼ ਬਚਦਾ ਸੀ ਦੀਵਾਰ ਟੱਪਦਿਆਂ ਅੱਜ ਦੀਵਾਰ ਟੱਪਦਿਆਂ ਬਾਂਹ ਰਗੜੀ ਗਈ ਕੁੜੀ ਆ ਇਹਦੀ ਉਹ ਜਦੋਂ ਵੀ ਟੱਪਣ ਲੱਗਦਾ ਸੀਗਾ 2-3 ਡਿੱਗਦਾ ਬੱਚਾ ਮੈਨੂੰ ਮਿਸਤਰੀ ਕਹਿਣ ਵੀ ਰਿਹਾ ਸੀ ਕੱਲ੍ਹ ਤੂੰ ਕਿਸੇ ਦਿਨ ਸੱਟ ਲਵਾਉਣੀ ਅੱਜ ਡਿੱਗਦਾ ਤਾਂ ਬਚ ਗਿਆ ਵਾਂ ਪਰ ਦੀਵਾਰ ਦੇ ਨਾਲ ਲੱਗ ਕੇ ਨਾ ਬਾਂਹ ਰਗੜੀ ਗਈ ਪਾਣੀ ਮੈਂ ਲਾ ਆਇਆ ਵਾਂ ਪੈਪ ਬੰਦ ਕਰਾਉਣ ਲੱਗਾ ਵਾਂ ਬਾਕੀ ਹੁਣ ਸ਼ਾਮ ਨੂੰ ਦੇਖਾਂਗੇ ਟਾਈਮ ਹੋ ਗਿਆ ਵਾ 12:30 ਕਰਨ ਲਈ ਕੁਛ ਹੈ ਨਹੀਂ ਸੀਗਾ ਮੈਂ ਕਿਹਾ ਫਿਰ ਆਹ ਤਾਂ ਹੈ ਜਾਣਾ ਚਿੱਲਮ ਲਾਈ ਆ ਲਿਆ ਗਰਮ ਹੁੰਦਾ ਫਿਰ ਕੱਢਦੇ ਹਾਂ ਤੂੰ ਆਇਆ ਚੰਗੀ ਤਰ੍ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਵਾ ਕਿ ਮਿਸਤਰੀ ਮਜ਼ਦੂਰ ਤੇ ਆਪਣੇ ਦੇ ਗਏ ਅੱਜ ਧੋਖਾ ਕਰਨ ਲਈ ਕੁਛ ਖਾਸ ਹੈ ਨਹੀਂ ਸੀ ਘਰੋਂ ਨਿਕਲਿਆ ਮੈਂ ਇਸ ਤਰ੍ਹਾਂ ਹੀ ਮੈਂ ਕਿਹਾ ਚੱਲਦੇ ਹਾਂ ਉੱਧਰ ਕਜ਼ਨ ਨਾਲ ਨਾਲੇ ਉੱਧਰ ਬਿਰਿਆਨੀ ਪੱਕੀ ਫੋਨ ਆਇਆ ਆ ਜਾ ਬਿਰਿਆਨੀ ਹੋਵੇ ਤਾਂ ਰਾਣਾ ਨਾ ਹੋਵੇ ਕਿੱਥੇ ਲਿਖਿਆ ਮੈਂ ਕਿਹਾ ਚੱਲਦੇ ਹਾਂ ਨਾਲੇ ਬੱਚਿਆਂ ਨੂੰ ਮਿਲ ਆਉਂਦੇ ਹਾਂ ਨਾਲੇ ਬਿਰਿਆਨੀ ਖਾ ਆਉਂਦੇ ਹਾਂ ਅਤੇ ਆਹ ਚੌਰੀ ਅਬਦੁੱਲਾ ਤਾਂ ਤੁਸੀਂ ਵੇਖ ਲਓ ਨਾ ਜਦ ਵੀ ਆਓਗੇ ਇਸ ਕੋਈ ਅਸੀਂ ਪਰ ਪਾਓਗੇ ਚੱਲਦੇ ਹਾਂ ਉੱਧਰ ਜਾ ਕੇ ਥੋੜ੍ਹੀ ਦੇਰ ਬੱਚਿਆਂ ਨਾਲ ਸ਼ੁਗਲ ਮੇਲਾ ਕਰ ਆਉਂਦੇ ਹਾਂ ਹਾਂ ਇੱਧਰ ਪਹੁੰਚ ਆਇਆ ਵਾਂ ਸਿਰ ਬੜਾ ਦਰਦ ਕਰਨ ਦਿਆ ਅੱਜ ਮੈਨੂੰ ਇਸ ਗੱਲ ਦੀ ਨਹੀਂ ਸਮਝ ਲੱਗਣ ਦੀ ਕਿ ਕੀ ਗੱਲ ਬਣੀ ਅੱਖਾਂ 'ਚ ਤਾਂ ਸਿਰ 'ਚ ਨਾ ਕੱਲ੍ਹ ਦੀ ਬਹੁਤ ਦਰਦ ਹੋਣ ਦੀ ਆ ਨਾਲੇ ਪੁੱਛਦਾ ਕੋਈ ਗੋਲੀ ਸ਼ੋਲੀ ਪਈ ਆ ਅਤੇ ਉਹ ਵੀ ਖਾਂਦੇ ਹਾਂ ਖੜਕਾਉਂਦਾ ਵਾਂ ਬੈਲ ਦਿੰਦਾ ਹੁਣੀ ਦੇਖਦੇ ਹਾਂ ਕਿਹੜਾ ਆਉਂਦਾ ਆ ਗਿਆ ਆ ਤਾਂ ਗਿਆ ਪਰ ਸੁੱਤੇ ਆ ਸਾਰੇ
ਸਾਢੇ ਬਾਰਾਂ ਇੱਕ ਵਜੇ ਦਾ ਫੋਨ ਆਇਆ, 3 ਵਜੇ ਮੈਂ ਆਉਂਦਿਆ ਵਾਂ, ਲੇਟ ਹੋ ਗਿਆ, ਘਰ ਆ ਗਿਆ ਵਾਂ ਵਾਪਸ। ਸਿਰ ਦਰਦ ਨਾਲ ਫਟਣ ਦਿਆ ਵਾ, BP ਚੈੱਕ ਕਰਾਇਆ, ਲੋਅ ਹੋਇਆ ਵਾ, ਦਵਾਈ ਹੁਣ ਖਾਂਦਾ ਵਾਂ, ਦਵਾਈ ਖਾ ਕੇ ਫਿਰ ਮੈਂ ਸੋ ਜਾਣਾ ਵਾਂ, ਜਦੋਂ ਉੱਠਣਾ ਉਦੋਂ ਤੱਕ ਰਾਤ ਪੈ ਜਾਣੀ ਆ ਮੇਰੇ ਹਿਸਾਬ ਨਾਲ। ਫਿਰ ਅੱਜ ਦਾ ਵਲੋਗ ਮੈਂ ਕਰਦਾ ਇੱਥੇ ਹੀ ਖਤਮ। ਆਪਣਾ ਮਾੜਾ ਚੰਗਾ ਜਿੱਦਾਂ ਦਾ ਵੀ ਹੈ ਇਹਨੂੰ ਲਾਈਕ ਕਮੈਂਟ ਕਰਕੇ ਦੱਸ ਦਿਆ ਕਰੋ, ਸ਼ੇਅਰ ਲਾਜ਼ਮੀ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਮੈਨੂੰ ਦਿਓ ਇਜਾਜ਼ਤ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅੱਲਾ ਹਾਫਿਜ਼।